ਕਿਸਾਨਾਂ ਦੀ ਅੱਜ ਪਰੇਡ ਕੀਤੀ ਜਾ ਰਹੀ ਹੈ ਔਰ ਟਰੈਕਟਰ ਰੈਲੀ ਦੌਰਾਨ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਹਾਲੀ ਦੇ ਵਿੱਚ, ਸਾਡੇ ਨਾਲ ਹਰਿੰਦਰ ਲੱਖੋਵਾਲ ਨੇ। ਲੱਖੋਵਾਲ ਜੀ, ਕੀ ਕਾਰਨ ਰਹੀਆਂ, ਕਿਹੜੀਆਂ ਮੰਗਾਂ ਸੀਗੀਆਂ ਕੇਂਦਰ ਸਰਕਾਰ ਖਿਲਾਫ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਹੋਈਆਂ? ਅਸੀਂ ਜਦ ਮੋਰਚਾ ਜਿੱਤ ਕੇ ਆਏ ਹਾਂ ਤਾਂ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਤੁਹਾਡੀ MSP 'ਤੇ ਕਾਨੂੰਨੀ ਗਰੰਟੀ ਅਸੀਂ ਦੇਵਾਂਗੇ, ਪਰ ਉਹ ਇੰਨੇ ਸਾਲ ਬੀਤ ਜਾਣ 'ਤੇ ਵੀ ਇੱਕ ਸਰਕਾਰ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਜੀ ਕਮੇਟੀ ਬਣਾਈ ਆ, ਕੋਈ ਮੀਟਿੰਗ ਨਹੀਂ ਹੋਈ, ਅਸੀਂ ਉਹ ਯਾਦ ਦਿਵਾਉਣ ਆਏ ਹਾਂ ਅਤੇ 2024 'ਚ ਸਰਕਾਰ ਨੇ ਕਿਹਾ ਸੀ, ਕੇਂਦਰ ਨੇ, ਵੀ ਤੁਹਾਡੇ ਭਾਅ ਦੁੱਗਣੇ ਕਰ ਦੇਵਾਂਗੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ। ਨਾ ਤਾਂ ਸਾਡੇ ਭਾਅ ਦੁੱਗਣੇ ਹੋਏ ਆ, C2+50 ਦੇ ਮੁਤਾਬਕ ਸਾਡਾ ਕਣਕ ਦਾ ਭਾਅ 3000 ਰੁਪਏ ਤੋਂ ਉੱਪਰ ਬਣਦਾ, ਇਸ ਤਰ੍ਹਾਂ ਬਾਕੀ ਫਸਲਾਂ 'ਤੇ ਵੀ ਸਾਡੀ MSP ਜਿਹੜੀ ਆ ਉਹ 1000-1500 ਰੁਪਏ ਪਰ ਕੁਇੰਟਲ ਘੱਟ ਦੇ ਰਹੀ ਆ, ਉਹਦੇ ਕਰਕੇ ਸਾਡੇ 'ਤੇ ਕਰਜ਼ੇ ਚੜ੍ਹੇ ਆ ਅਤੇ ਕਰਜ਼ੇ ਚੜ੍ਹਨ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਅਸੀਂ ਕਹਿੰਦੇ ਹਾਂ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ ਅਤੇ ਸਾਨੂੰ C2+50 ਦੇ ਹਿਸਾਬ ਨਾਲ ਭਾਅ ਦਿਓ, ਉਸ ਤੋਂ ਬਾਅਦ ਸਾਨੂੰ ਬੁਢਾਪਾ ਪੈਨਸ਼ਨ 10000 ਰੁਪਈਆ ਪ੍ਰਤੀ ਕਿਸਾਨ 60 ਸਾਲ ਤੋਂ ਉੱਪਰ ਦਿਓ। ਉਸ ਤੋਂ ਬਾਅਦ ਜਿਹੜਾ ਸਾਡਾ ਲਖਮੀਰਪੁਰ ਖੀਰੀ 'ਚ ਘਟਨਾ ਹੋਈ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ, ਉਹ ਸਾਨੂੰ ਪੂਰਨ ਤੌਰ 'ਤੇ ਇਨਸਾਫ ਮਿਲੇ ਅਤੇ ਫਸਲ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ। ਇਹਦੇ ਇਲਾਵਾ ਜੇਕਰ ਗੱਲ ਕਰੀ ਤਾਂ ਸੰਘਰਸ਼ੀ ਇੱਕ ਇਕਲੌਤਾ ਰਿਹਾ ਬਚਦਾ ਹੈ ਕਿਸਾਨ ਜਥੇਬੰਦੀਆਂ ਕੋਲੋਂ, ਉਸ ਤਰੀਕੇ ਨਾਲ ਕੋਈ ਗੱਲ ਹੋਈ ਨਹੀਂ ਪ੍ਰਸ਼ਾਸਨ ਨਾਲ ਜਾਂ ਕੇਂਦਰ ਸਰਕਾਰ ਨਾਲ ਕੋਈ ਬੈਠ ਕੇ ਗੱਲ ਮੀਟਿੰਗ ਹੋ ਜਾਏ ਜਿਹੜੀ? ਸਾਲ ਤੋਂ ਉੱਪਰ ਸਮਾਂ ਹੋ ਗਿਆ, ਅਸੀਂ ਜਦ ਰਾਮਲੀਲਾ ਗਰਾਊਂਡ 'ਚ ਗਏ ਸੀ ਇਹਨਾਂ ਤੋਂ ਇਜਾਜ਼ਤ ਲੈ ਕੇ 1000 ਕਿਸਾਨ, ਉਦੋਂ ਸਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਸੀ, ਉਹ ਵੀ ਉਦੋਂ ਕਹਿੰਦੇ ਸੀ ਵੀ ਬੜੇ 2-3 ਮਹੀਨੇ 'ਚ ਤੁਹਾਡੇ ਮਸਲੇ ਅਸੀਂ ਹੱਲ ਕਰਾਉਂਦੇ ਹਾਂ, ਪਰ ਸਾਨੂੰ ਮੁੜ ਕੇ ਨਾ ਮੀਟਿੰਗ ਦਾ ਸੱਦਾ ਦਿੱਤਾ। ਇਹ ਸਰਕਾਰਾਂ ਨੂੰ ਵੀ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਧਰਨੇ ਮੁਜ਼ਾਹਰੇ ਨਹੀਂ ਕਰਦੇ, ਭਾਵੇਂ ਪੰਜਾਬ ਸਰਕਾਰ ਆ ਭਾਵੇਂ ਕੇਂਦਰ ਸਰਕਾਰ ਆ। ਪੰਜਾਬ ਸਰਕਾਰ ਦੇ ਵੀ ਅਸੀਂ ਉਦੋਂ ਧਰਨਾ ਮਾਰਿਆ ਸੀ, ਉਦੋਂ ਸਾਨੂੰ 12 ਮੰਗਾਂ 'ਤੇ ਇਹਨਾਂ ਨੇ ਸਹਿਮਤੀ ਦਿੱਤੀ ਸੀ, ਪਰ ਅਜੇ ਤੱਕ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ। 19 ਤਰੀਕ ਨੂੰ CM ਨਾਲ ਮੀਟਿੰਗ ਸੀ ਅਤੇ ਅੱਜ 26 ਤਰੀਕ ਹੋ ਗਈ ਆ, 1 ਮਹੀਨੇ ਤੋਂ 7 ਦਿਨ ਉੱਪਰ ਹੋ ਗਿਆ, ਪਰ ਉਹਦਾ ਵੀ ਅਜੇ ਕੋਈ ਇੰਪਲੀਮੈਂਟ ਇੱਕ ਵੀ ਮੰਗ ਦਾ ਕੋਈ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਔਰ ਅਖੀਰੀ ਸਵਾਲ ਹੈ, 26 ਜਨਵਰੀ ਕਿਉਂ ਚੁਰੀ ਗਈ ਅੱਜ ਦੀ ਗਣਤੰਤਰ ਪਰੇਡ ਨੂੰ ਲੈ ਕੇ? ਕਿਉਂਕਿ ਦਿੱਲੀ ਵੀ ਅਸੀਂ 26 ਜਨਵਰੀ ਨੂੰ ਗਣਤੰਤਰ ਪਰੇਡ ਕੀਤੀ ਸੀ, ਉਦੋਂ ਬਾਅਦ ਪਿਛਲੇ 2 ਸਾਲਾਂ 'ਚ ਵੀ ਅਸੀਂ ਇਹ ਪਰੇਡ ਟਰੈਕਟਰਾਂ ਨਾਲ ਕੀਤੀ ਆ ਅਤੇ ਸਰਕਾਰ ਨੂੰ ਦਿਖਾਉਣ ਲਈ ਵੀ ਸਾਡੇ ਕੋਲ ਟਰੈਕਟਰ ਹਥਿਆਰ ਸਾਡੇ ਟੈਂਕ ਹੈਗੇ ਨੇ, ਵੀ ਐਵੇਂ ਨਾ ਸਮਝੋ ਵੀ ਕਿਸਾਨ ਥੱਕ ਗਏ ਜਾਂ ਜਥੇਬੰਦੀਆਂ ਤੋਂ ਬੋਹ ਭੰਗ ਹੋ ਗਿਆ, ਉਹ ਦਿਖਾਉਣ ਲਈ ਅੱਜ ਅਸੀਂ ਹਰੇਕ ਅਸੀਂ ਜ਼ਿਲ੍ਹੇ 'ਚ ਹਰੇਕ ਤਹਿਸੀਲ 'ਚ 100 ਜਗ੍ਹਾ ਤੋਂ ਉੱਪਰ ਪੰਜਾਬ 'ਤੇ 500 ਜਗ੍ਹਾ ਤੋਂ ਉੱਪਰ ਅਸੀਂ ਜਿਹੜੇ ਦੇਸ਼ ਦੇ ਵਿੱਚ ਇਹ ਟਰੈਕਟਰ ਪਰੇਡ ਦਿਖਾ ਰਹੇ ਹਾਂ। ਤਾਂ ਇਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਮੁਜ਼ਾਹਰਾ ਜਿਹੜਾ ਸਿਰਫ ਕੇਂਦਰ ਸਰਕਾਰ ਨੂੰ ਜਗਾਉਣ ਦੇ ਖਾਤਰ ਕੀਤਾ ਜਾ ਰਿਹਾ, ਔਰ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਫਿਰ ਯਾਦ ਨਹੀਂ ਤਾਂ ਇਹ ਧਰਨਾ ਅੱਗੇ ਵੀ ਜਾਰੀ ਰਹੇਗਾ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕਾਂ, ਦੈਨਿਕ ਸਵੇਰਾ TV, ਚੰਡੀਗੜ੍ਹ। ਕਿਸਾਨਾਂ ਦੀ ਅੱਜ ਪਰੇਡ ਕੀਤੀ ਜਾ ਰਹੀ ਹੈ ਔਰ ਟਰੈਕਟਰ ਰੈਲੀ ਦੌਰਾਨ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਹਾਲੀ ਦੇ ਵਿੱਚ, ਸਾਡੇ ਨਾਲ ਹਰਿੰਦਰ ਲੱਖੋਵਾਲ ਨੇ। ਲੱਖੋਵਾਲ ਜੀ, ਕੀ ਕਾਰਨ ਰਹੀਆਂ, ਕਿਹੜੀਆਂ ਮੰਗਾਂ ਸੀਗੀਆਂ ਕੇਂਦਰ ਸਰਕਾਰ ਖਿਲਾਫ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਹੋਈਆਂ? ਅਸੀਂ ਜਦ ਮੋਰਚਾ ਜਿੱਤ ਕੇ ਆਏ ਹਾਂ ਤਾਂ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਤੁਹਾਡੀ MSP 'ਤੇ ਕਾਨੂੰਨੀ ਗਰੰਟੀ ਅਸੀਂ ਦੇਵਾਂਗੇ, ਪਰ ਉਹ ਇੰਨੇ ਸਾਲ ਬੀਤ ਜਾਣ 'ਤੇ ਵੀ ਇੱਕ ਸਰਕਾਰੀ ਜੀ ਕਮੇਟੀ ਬਣਾਈ ਆ, ਕੋਈ ਮੀਟਿੰਗ ਨਹੀਂ ਹੋਈ, ਅਸੀਂ ਉਹ ਯਾਦ ਦਿਵਾਉਣ ਆਏ ਹਾਂ ਅਤੇ 2024 'ਚ ਸਰਕਾਰ ਨੇ ਕਿਹਾ ਸੀ, ਕੇਂਦਰ ਨੇ, ਵੀ ਤੁਹਾਡੇ ਭਾਅ ਦੁੱਗਣੇ ਕਰ ਦੇਵਾਂਗੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ। ਨਾ ਤਾਂ ਸਾਡੇ ਭਾਅ ਦੁੱਗਣੇ ਹੋਏ ਆ,
C2+50 ਦੇ ਮੁਤਾਬਕ ਸਾਡਾ ਕਣਕ ਦਾ ਭਾਅ 3000 ਰੁਪਏ ਤੋਂ ਉੱਪਰ ਬਣਦਾ। ਇਸ ਤਰ੍ਹਾਂ ਬਾਕੀ ਫਸਲਾਂ 'ਤੇ ਵੀ ਸਾਡੀ MSP ਜਿਹੜੀ ਆ ਉਹ 1000-1500 ਰੁਪਏ ਪਰ ਕੁਇੰਟਲ ਘੱਟ ਦੇ ਰਹੀ ਆ, ਉਹਦੇ ਕਰਕੇ ਸਾਡੇ 'ਤੇ ਕਰਜ਼ੇ ਚੜ੍ਹੇ ਆ ਅਤੇ ਕਰਜ਼ੇ ਚੜ੍ਹਨ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਅਸੀਂ ਕਹਿੰਦੇ ਹਾਂ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ ਅਤੇ ਸਾਨੂੰ C2+50 ਦੇ ਹਿਸਾਬ ਨਾਲ ਭਾਅ ਦਿਓ। ਉਸ ਤੋਂ ਬਾਅਦ ਸਾਨੂੰ ਬੁਢਾਪਾ ਪੈਨਸ਼ਨ 10000 ਰੁਪਈਆ ਪ੍ਰਤੀ ਕਿਸਾਨ 60 ਸਾਲ ਤੋਂ ਉੱਪਰ ਦੇਵੋ। ਉਸ ਤੋਂ ਬਾਅਦ ਜਿਹੜਾ ਸਾਡਾ ਲਖਮੀਰਪੁਰ ਖੀਰੀ 'ਚ ਘਟਨਾ ਹੋਈ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ, ਉਹ ਸਾਨੂੰ ਪੂਰਨ ਤੌਰ 'ਤੇ ਇਨਸਾਫ ਮਿਲੇ ਅਤੇ ਫਸਲ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ। ਇਹਦੇ ਇਲਾਵਾ ਜੇਕਰ ਗੱਲ ਕਰੀ ਤਾਂ ਸੰਘਰਸ਼ ਇੱਕ ਇਕਲੌਤਾ ਰਿਹਾ ਬਚਦਾ ਹੈ ਕਿਸਾਨ ਜਥੇਬੰਦੀਆਂ ਕੋਲੋਂ, ਉਸ ਤਰੀਕੇ ਨਾਲ ਕੋਈ ਗੱਲ ਹੋਈ ਨਹੀਂ ਪ੍ਰਸ਼ਾਸਨ ਨਾਲ ਜਾਂ ਕੇਂਦਰ ਸਰਕਾਰ ਨਾਲ ਕੋਈ ਬੈਠ ਕੇ ਗੱਲ ਮੀਟਿੰਗ ਹੋ ਜਾਏ ਜਿਹੜੀ? ਸਾਲ ਤੋਂ ਉੱਪਰ ਸਮਾਂ ਹੋ ਗਿਆ, ਅਸੀਂ ਜਦ ਰਾਮਲੀਲਾ ਗਰਾਊਂਡ 'ਚ ਗਏ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ 1000 ਕਿਸਾਨ, ਉਦੋਂ ਸਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਸੀ। ਉਹ ਵੀ ਉਦੋਂ ਕਹਿੰਦੇ ਸੀ ਵੀ ਬੜੇ 2-3 ਮਹੀਨੇ 'ਚ ਤੁਹਾਡੇ ਮਸਲੇ ਅਸੀਂ ਹੱਲ ਕਰਾਉਂਦੇ ਹਾਂ, ਪਰ ਸਾਨੂੰ ਮੁੜ ਕੇ ਨਾ ਮੀਟਿੰਗ ਦਾ ਸੱਦਾ ਦਿੱਤਾ। ਇਹ ਸਰਕਾਰਾਂ ਨੂੰ ਵੀ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਧਰਨੇ ਮੁਜ਼ਾਹਰੇ ਨਹੀਂ ਕਰਦੇ, ਭਾਵੇਂ ਪੰਜਾਬ ਸਰਕਾਰ ਆ ਭਾਵੇਂ ਕੇਂਦਰ ਸਰਕਾਰ ਆ। ਪੰਜਾਬ ਸਰਕਾਰ ਦੇ ਵੀ ਅਸੀਂ ਉਦੋਂ ਧਰਨਾ ਮਾਰਿਆ ਸੀ, ਉਦੋਂ ਸਾਨੂੰ 12 ਮੰਗਾਂ 'ਤੇ ਇਹਨਾਂ ਨੇ ਸਹਿਮਤੀ ਦਿੱਤੀ ਸੀ, ਪਰ ਅਜੇ ਤੱਕ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ। 19 ਤਰੀਕ ਨੂੰ CM ਨਾਲ ਮੀਟਿੰਗ ਸੀ ਅਤੇ ਅੱਜ 26 ਤਰੀਕ ਹੋ ਗਈ ਆ, 1 ਮਹੀਨੇ ਤੋਂ 7 ਦਿਨ ਉੱਪਰ ਹੋ ਗਿਆ, ਪਰ ਉਹਦਾ ਵੀ ਅਜੇ ਕੋਈ ਇੰਪਲੀਮੈਂਟ ਇੱਕ ਵੀ ਮੰਗ ਦਾ ਕੋਈ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਔਰ ਅਖੀਰੀ ਸਵਾਲ ਹੈ, 26 ਜਨਵਰੀ ਕਿਉਂ ਚੁਰੀ ਗਈ ਅੱਜ ਦੀ ਗਣਤੰਤਰ ਪਰੇਡ ਨੂੰ ਲੈ ਕੇ? ਕਿਉਂਕਿ ਦਿੱਲੀ ਵੀ ਅਸੀਂ 26 ਜਨਵਰੀ ਨੂੰ ਗਣਤੰਤਰ ਪਰੇਡ ਕੀਤੀ ਸੀ, ਉਦੋਂ ਬਾਅਦ ਪਿਛਲੇ 2 ਸਾਲਾਂ 'ਚ ਵੀ ਅਸੀਂ ਇਹ ਪਰੇਡ ਟਰੈਕਟਰਾਂ ਨਾਲ ਕੀਤੀ ਆ ਅਤੇ ਸਰਕਾਰ ਨੂੰ ਦਿਖਾਉਣ ਲਈ ਵੀ ਸਾਡੇ ਕੋਲ ਟਰੈਕਟਰ ਹਥਿਆਰ ਸਾਡੇ ਟੈਂਕ ਹੈਗੇ ਨੇ। ਵੀ ਐਵੇਂ ਨਾ ਸਮਝੋ ਵੀ ਕਿਸਾਨ ਥੱਕ ਗਏ ਜਾਂ ਜਥੇਬੰਦੀਆਂ ਤੋਂ ਬੋਹ ਭੰਗ ਹੋ ਗਿਆ, ਉਹ ਦਿਖਾਉਣ ਲਈ ਅੱਜ ਅਸੀਂ ਹਰੇਕ ਅਸੀਂ ਜ਼ਿਲ੍ਹੇ 'ਚ ਹਰੇਕ ਤਹਿਸੀਲ 'ਚ 100 ਜਗ੍ਹਾ ਤੋਂ ਉੱਪਰ, ਪੰਜਾਬ 'ਤੇ 500 ਜਗ੍ਹਾ ਤੋਂ ਉੱਪਰ ਅਸੀਂ ਜਿਹੜੇ ਦੇਸ਼ ਦੇ ਵਿੱਚ ਇਹ ਟਰੈਕਟਰ ਪਰੇਡ ਦਿਖਾ ਰਹੇ ਹਾਂ। ਤਾਂ ਇਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਮੁਜ਼ਾਹਰਾ ਜਿਹੜਾ ਸਿਰਫ ਕੇਂਦਰ ਸਰਕਾਰ ਨੂੰ ਜਗਾਉਣ ਦੇ ਖਾਤਰ ਕੀਤਾ ਜਾ ਰਿਹਾ, ਔਰ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਫਿਰ ਯਾਦ ਨਹੀਂ ਤਾਂ ਇਹ ਧਰਨਾ ਅੱਗੇ ਵੀ ਜਾਰੀ ਰਹੇਗਾ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕਾਂਗ, ਦੈਨਿਕ ਸਵੇਰਾ TV, ਚੰਡੀਗੜ੍ਹ।